ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ। ਅਤੇ ਸ਼ਹਿਰ ਹੈਗਾ ਪਟਿਆਲਾ ਅਤੇ ਅਸੀਂ ਆਏ ਹੋਏ ਹਾਂ ਤਿਆਰ ਹੋਣ ਲਈ। ਵੈਸੇ ਵੀ ਕੁੜੀਆਂ ਨੂੰ ਤਿਆਰ ਹੋਣ ਲਈ ਬਹੁਤ ਸਾਰਾ ਟਾਈਮ, ਇਹਨਾਂ ਨੂੰ ਇਹੋ ਜਿਹਾ ਮੇਕਅਪ ਸਟੂਡੀਓ ਚਾਹੀਦਾ ਹੁੰਦਾ ਘਰ ਦੇ ਵਿੱਚ ਵੀ, ਹੈ ਨਾ, ਕਿਸੇ ਵੀ ਫੰਕਸ਼ਨ 'ਤੇ ਰੈਡੀ ਹੋਣ ਲਈ। ਅਸੀਂ ਅੱਜ ਆਏ ਹੋਏ ਹਾਂ MBM ਪਟਿਆਲੇ ਮੇਕਓਵਰ ਬਾਏ ਮਨਮੀਨ, ਅਤੇ ਇਸ ਤੋਂ ਬਾਅਦ ਅਸੀਂ ਜਾਣਾ ਬਰਨਾਲੇ ਸਾਡੇ ਫੰਕਸ਼ਨ ਦੇ ਵਿੱਚ। ਮੈਰੀਲੈਂਡ 'ਚ ਸਾਡਾ ਆਪਣਾ ਘਰ ਦਾ ਪੈਲਸ ਹੈ, ਉੱਥੇ ਸਾਡਾ ਫੰਕਸ਼ਨ ਹੈ। ਸੋ ਅੱਜ ਦੇ ਵਲੌਗ 'ਚ ਇਹ ਸਾਡਾ ਘਰ ਦਾ ਸਲੂਨ ਹੈ। ਸੋ ਅੱਜ ਦੇ ਵਲੌਗ 'ਚ ਤੁਸੀਂ ਦੇਖਿਓ ਤੇ ਸਾਡਾ ਲੋਹੜੀ ਦਾ ਫੰਕਸ਼ਨ। ਬਹੁਤ ਮੁਸ਼ਕਿਲ ਨਾਲ ਟਾਈਮ ਮਿਲਦਾ ਹੈ ਨਾ ਸਜਣ ਸਵਰਨ ਦਾ, ਟੂਰ ਤੋਂ ਮਤਲਬ ਜਦੋਂ ਅਸੀਂ ਵਾਪਸ ਆਉਂਦੇ ਹਾਂ ਕੋਈ ਨਾ ਕੋਈ। ਤੁਸੀਂ ਵੀ ਸੋਚ ਜਣੇ ਜਿਹੜੇ ਬੈਗ ਪੈਕਰ ਜੇ ਤੇ ਉਹ ਕੌਣ ਹੈ ਤੇ ਕੌਣ ਨੇ। ਕੁੜੀਆਂ ਨੂੰ ਤਿਆਰ ਹੋਣ ਲਈ ਇਹਨਾਂ ਨਾਲ ਟਾਈਮ ਚਾਹੀਦਾ ਹੁੰਦਾ ਨਾ, ਘੱਟੋ ਘੱਟ ਮੈਨੂੰ ਇਹ ਲੱਗਦਾ ਵੀ 2 ਘੰਟੇ ਤਾਂ ਇਹਨਾਂ ਨੂੰ ਚਾਹੀਦੇ ਹੁੰਦੇ। ਮੁੰਡੇ ਐ ਤਿਆਰ ਹੋ ਜਾਂਦੇ, ਮੈਂ ਤੁਹਾਡੇ ਸਾਹਮਣੇ ਹੁਣ ਇਉਂ ਗਿਆ ਤੇ ਇਉਂ ਆਇਆ। ਲਓ ਵੀ ਆਪਾਂ ਹੋ ਗਏ ਤਿਆਰ ਬਰ ਤਿਆਰ। ਮੈਂ ਤੁਹਾਨੂੰ ਕਿਹਾ ਸੀ 2 ਮਿੰਟ ਹੀ ਚਾਹੀਦੇ ਹੁੰਦੇ ਮੁੰਡਿਆਂ ਨੂੰ। ਤੇ ਕੁੜੀਆਂ ਦੀ ਇੱਕ ਹੋਰ ਵੱਡੀ ਗੱਲ ਪਤਾ ਕੀ ਹੁੰਦੀ ਹੈ, ਸੂਟ ਰਿਪੀਟ ਨਹੀਂ ਕਰਦੀਆਂ ਜਿਹੜਾ ਫੰਕਸ਼ਨ 'ਚ ਇੱਕ ਵਾਰੀ ਸੂਟ। ਮੇਰੀ ਗੱਲ ਸੁਣੋ, ਵੈਸੇ ਤੁਸੀਂ ਵੀ ਰਿਪੀਟ ਨਹੀਂ ਕੀਤਾ? ਨਹੀਂ, ਹੁਣ ਬਹਾਨੇ ਦੇ ਨਾਲ ਮੈਂ ਵੀ ਪਤਾ ਕੀ ਸੋਚਿਆ, ਜਦੋਂ ਖੁਸ਼ੀ ਸੂਟ ਰਿਪੀਟ ਨਹੀਂ ਕਰਦੀ ਕਿਤੇ, ਮੈਂ ਸੋਚਿਆ ਮੈਂ ਆਪਾਂ ਸੰਗੀ ਨਾਲ ਪਰਾਂਦਾ ਨਾਲ ਹੀ ਰਹੂੰ। ਮੈਂ ਕਿਹਾ ਮੈਂ ਵੀ ਬਈ ਨਵਾਂ ਬਣਾਇਆ। ਤੇ ਦੂਸਰੀ ਗੱਲ ਮੈਂ ਤੁਹਾਨੂੰ ਹੋਰ ਦੱਸਾਂ, ਇਹਨਾਂ ਨੂੰ ਕੋਈ ਫਿਕਰ ਨਹੀਂ ਹੁੰਦੀ ਮੈਂ ਕਿਹੜਾ ਕਲਰ ਪਾਉਣਾ ਹੈ, ਕਿਹੜਾ ਕਲਰ ਟ੍ਰੈਂਡਿੰਗ ਹੈ। ਇਹ ਸਾਰੀ ਸਿਲੈਕਸ਼ਨ ਖੁਸ਼ੀ ਦੇ ਜੰਮੇ ਆਉਂਦੀ। ਤੇ ਮੇਰੇ ਸੂਟ ਬਾਰੇ ਮੈਂ ਤੁਹਾਨੂੰ ਪਹਿਲੀ ਦੱਸਦਾ, ਫਿਰ ਤੁਸੀਂ ਬਾਅਦ ਚੋਂ ਮੈਸੇਜ ਕਰੋਗੇ। ਇਹ ਮੈਂ ਬਣਵਾਇਆ GS ਕਲੈਕਸ਼ਨਸ ਵੱਲੋਂ। ਬਹੁਤ ਮਿਹਨਤੀ ਆ ਕੁੜੀ, ਮਤਲਬ ਬਹੁਤ ਸੋਹਣੇ ਸੂਟ ਬਣਾਉਂਦੀ ਆ। ਜੇ ਤੁਹਾਨੂੰ ਵੀ ਚੰਗਾ ਲੱਗਿਆ ਤਾਂ ਤੁਸੀਂ ਵੀ ਬਣਵਾ ਸਕਦੇ ਹੋ ਨਾ, ਮੈਂ ਉਹਨਾਂ ਦੀ ਇੰਸਟਾਗ੍ਰਾਮ ਆਈਡੀ ਤੁਹਾਨੂੰ ਮੈਂਸ਼ਨ ਕਰ ਦਊਂਗੀ। ਵੈਸੇ ਯਾਰ ਨਾ ਤੁਸੀਂ ਵੀ ਸੋਚਦੇ ਹੋਗੇ ਵੀ ਇਹ ਉਹੀ ਨੇ ਜਿਹੜੇ ਸ਼੍ਰੀਲੰਕਾ ਤੁਰੇ ਫਿਰਦੇ ਸੀ ਬੈਗ ਜੇ ਚੱਕੀ ਸੜਕਾਂ ਦੇ, ਤੇ ਸਾਨੂੰ ਕਮੈਂਟਸ ਆਉਂਦੇ ਹੁੰਦੇ ਆ ਕਈ ਵਾਰ ਵੀ ਯਾਰ ਪਛਾਣ 'ਚ ਨਹੀਂ ਆਉਂਦੇ ਬਾਈ ਅੱਜ ਤਾਂ ਇੰਨੇ ਸੋਹਣੇ ਲੱਗ ਰਹੇ ਹੋ। ਭਰਾਵਾ ਸਾਡੇ ਪਰਸਨਲ ਟਾਰ ਵੀ ਕੱਢ ਲੈਣੀ ਚਾਹੀਦੀ, ਕਦੇ ਕਦੇ ਸ਼ਕਿਨੀ ਲਾ ਲੈਂਦੇ ਹਾਂ, ਤੇ ਸਾਡਾ ਇਹ ਪਰਸਨਲੀ ਫੰਕਸ਼ਨ ਸੀਗਾ, ਇਹਦੇ ਲਈ ਅਸੀਂ ਸਪੈਸ਼ਲੀ ਵਾਪਸ ਆਏ ਹਾਂ। ਤੇ ਕਿਹੋ ਜਿਹਾ ਫੰਕਸ਼ਨ ਹੈ ਉਹ ਤੁਹਾਨੂੰ ਪੈਲਸ 'ਚ ਜਾ ਕੇ ਦੇਖਣ ਨੂੰ ਮਿਲੂਗਾ। ਬਹੁਤ ਸਾਰੇ ਪੰਜਾਬੀ ਸਿੰਗਰ ਜਿਵੇਂ ਮੈਂ ਮੈਂਸ਼ਨ ਕੀਤਾ ਥੰਬਨੇਲ 'ਚ, ਸਾਰੇ ਜਾਣੇ ਆ ਰਹੇ ਹਾਂ। ਕੀ ਸਿੰਗਰ ਹੋਣਗੇ, ਹਾਂ ਇਹ ਕਿਉਂ ਆ ਰਹੇ ਹੈ ਇਹ ਅਸੀਂ ਪੈਲਸ 'ਚ ਜਾ ਕੇ ਦੱਸਾਂਗੇ। ਪੂਰੇ 2 ਘੰਟੇ ਵੇਟ ਕਰਨਾ ਪਿਆ ਮੈਨੂੰ, ਹਰ ਵਾਰ ਹਰ ਫੰਕਸ਼ਨ ਦੀ ਕਰਨਾ ਪੈਂਦਾ। 2 ਘੰਟਿਆਂ ਦੇ ਵੇਟ ਬਾਅਦ ਫਾਈਨਲੀ ਅਸੀਂ ਫ੍ਰੀ ਹੋ ਗਏ। ਤੇ ਜਿੱਦਣ ਕੋਈ ਫੰਕਸ਼ਨ ਹੁੰਦਾ ਨਾ, ਜਿਵੇਂ ਅੱਜ ਸਾਡਾ ਸ਼ਾਮ ਦਾ ਫੰਕਸ਼ਨ ਹੈ, ਤੇ ਸਵੇਰ ਤੋਂ ਹੀ ਤਿਆਰੀਆਂ ਚੱਲ ਪੈਂਦੀਆਂ ਮੇਰੀਆਂ ਤੇ ਨਾਲ ਆਉਣ। ਸੋ ਫਾਈਨਲ ਹੈ, ਹੁਣ ਆਪਾਂ ਜਾ ਸਕਦੇ ਹਾਂ। ਥੈਂਕ ਯੂ ਸੋ ਮਚ। ਹੁਣ ਅਸੀਂ ਇੱਥੋਂ ਚੱਲੇ ਹਾਂ ਜੀ ਬਰਨਾਲੇ ਦੇ ਲਈ, ਤੇ ਸਾਡਾ ਅੱਜ ਰਾਤ ਦਾ ਫੰਕਸ਼ਨ ਹੈ, ਤੇ ਕੁਛ ਫੰਕਸ਼ਨ ਸਾਡੇ ਕੱਲ੍ਹ ਦਿਨ ਦੇ ਆ। ਸਾਰਾ ਕੁਛ ਤੁਹਾਨੂੰ ਇੱਕੋ ਹੀ ਵਲੌਗ ਦੇ ਵਿੱਚ ਮਿਕਸ ਕਰਕੇ ਦੇਖਣ ਨੂੰ ਮਿਲ ਜੂਗਾ, ਕਿਉਂਕਿ ਸੈਪਰੇਟ ਬਣਾਉਣਾ ਔਖਾ ਹੈਗਾ। ਤੇ ਬਾਕੀ ਇਹ ਹੈ, ਇੱਕ ਫੰਕਸ਼ਨ ਅਸੀਂ ਪਿੰਡ ਦਾ ਰੱਖਿਆ ਹੋਇਆ ਹੈਗਾ, ਇੱਕ ਫੰਕਸ਼ਨ ਅੱਜ ਪੈਲਸ ਦਾ ਫੈਮਿਲੀ ਦਾ ਰੱਖਿਆ ਹੋਇਆ ਹੈਗਾ। ਤੇ ਦੋਵੇਂ ਵੈਸੇ ਮੈਂ ਕੋਸ਼ਿਸ਼ ਕਰੂੰ ਵੈਸੇ ਪੈਲਸ 'ਚ ਰੌਣਾ ਰੱਪਾ ਹੋਊਗਾ, ਨਾਲ ਨਾਲ ਤੁਹਾਨੂੰ ਸਮਝਾਉਣ ਦੀ ਤੇ ਐਕਸਪਲੇਨ ਕਰਨ ਦੀ। ਕੁੜੀਆਂ ਲਈ ਨਾ ਵੈਸੇ ਨਾਈਟ ਫੰਕਸ਼ਨ ਹੁੰਦੇ ਆ ਜਿਹੜੇ, ਉਹ ਜ਼ਿਆਦਾ ਵਧੀਆ ਹੁੰਦੇ ਆ। ਉਹ ਕਿਉਂ ਹੁੰਦੇ ਆ? ਕਿਉਂਕਿ ਇਹਨਾਂ ਨੂੰ ਪੂਰਾ ਦਿਨ ਤਿਆਰ ਹੋਣ ਲਈ ਮਿਲ ਜਾਂਦਾ ਹੈਗਾ, ਤੇ ਅੱਜ ਪੂਰਾ ਦਿਨ 12 ਵਜੇ ਤਿਆਰ ਹੋਣ ਲੱਗਿਆ ਤੇ ਸ਼ਾਮ ਦੇ 4 ਵੱਜ ਗਏ, ਤੇ ਤਿਆਰ ਹੋਣ ਨੂੰ ਵਧੀਆ ਸਮਾਂ ਮਿਲ ਜਾਂਦਾ। ਜੇ ਡੇ ਦਾ ਫੰਕਸ਼ਨ ਹੁੰਦਾ ਫਿਰ ਇਹ ਥੋੜਾ ਕੰਮ ਔਖਾ ਹੋ ਜਾਂਦਾ। ਵਧੀਆ ਗੱਲ ਇਹ ਜੇ ਤੁਹਾਨੂੰ ਮੇਕਅਪ ਆਰਟਿਸਟ ਵਧੀਆ ਮਿਲ ਜੇ ਗੱਲਾਂ ਵਾਲਾ। ਸਹੀ ਹੈ, ਵੈਸੇ ਆਪਾਂ ਗੱਲਾਂ ਬਹੁਤ ਮਾਰੀਆਂ। 2 ਘੰਟੇ ਇੱਥੋਂ ਸਾਨੂੰ ਲੱਗਣੇ ਆ ਬਰਨਾਲੇ ਦੇ, ਤੇ 2 ਘੰਟਿਆਂ ਨੂੰ ਸਾਡਾ ਫੰਕਸ਼ਨ ਵੀ ਸ਼ੁਰੂ ਹੋ ਜਾਣਾ ਉੱਥੇ। ਅੱਛਾ, ਜੇ ਫੰਕਸ਼ਨ ਦੀ ਗੱਲ ਕਰੀਏ ਤਾਂ ਉਹ ਹੈਗਾ ਮੈਰੀਲੈਂਡ 'ਚ ਬਰਨਾਲੇ, ਉੱਥੇ ਹੀ ਸਾਡੀ ਮੈਰਿਜ ਹੋਈ ਸੀਗੀ, ਕਿਉਂਕਿ ਸਾਡਾ ਆਪਣਾ ਘਰ ਦਾ ਪੈਲਸ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ। ਤੇ ਫੰਕਸ਼ਨ ਜਿਹੜਾ ਅੱਜ ਦਾ ਹੈਗਾ ਉਹ ਹੈਗਾ ਆਪਣੇ ਭਾਣਜੇ ਦੀ ਲੋਹੜੀ ਹੈਗੀ, ਤੇ ਭਾਣਜੇ ਦੀ ਲੋਹੜੀ ਤੇ ਇੱਕ ਤਾਂ ਆ ਰਿਹਾ ਰਾਤ ਨੂੰ, ਅੱਜ ਸਾਡੇ ਫੇਵਰੇਟ ਆ ਰਹੇ ਆ ਦੋਵਾਂ ਦੇ। ਵੈਸੇ ਮੇਰੇ ਤਾਂ ਫੇਵਰੇਟ ਹੈਗੀ ਆ ਸਤਿੰਦਰ ਸਰਤਾਜ, ਤੇ ਉਹਨਾਂ ਦਾ ਲਾਈਵ ਸ਼ੋਅ ਆ। ਉਸ ਤੋਂ ਬਿਨਾਂ ਤੁਹਾਨੂੰ ਬਹੁਤ ਸਾਰੇ ਸਿੰਗਰ ਦੇਖਣ ਨੂੰ ਮਿਲ ਜਾਣਗੇ, ਮੇਲਾ ਦਾ ਕੋਈ 35-40 ਪੰਜਾਬੀ ਸਿੰਗਰ ਆਉਣਗੇ। ਤੇ ਉਸ ਤੋਂ ਬਾਅਦ ਨੈਕਸਟ ਡੇ ਇੱਕ ਪਿੰਡ ਲਈ ਫੰਕਸ਼ਨ ਰੱਖਿਆ, ਉਹ ਸਾਰਿਆਂ ਲਈ ਖੁੱਲ੍ਹਾ ਅਖਾੜਾ ਹੈ ਗੁਰਦਾਸ ਮਾਨ ਜੀ ਦਾ, ਤੇ ਇਹ ਦੋਨੇ ਫੰਕਸ਼ਨ ਹੋਣਗੇ। ਸ਼੍ਰੀਲੰਕਾ ਦੀ ਗਰਮੀ ਤੋਂ ਬਾਅਦ ਯਾਰ ਮਸਾਂ ਪੰਜਾਬ ਦੀਆਂ ਥੋੜੀਆਂ ਥੋੜੀਆਂ ਠੰਡਾਂ ਤੇ ਮੱਠੀਆਂ ਮੱਠੀਆਂ ਧੁੱਪਾਂ ਦੇਖਣ ਨੂੰ ਮਿਲੀਆਂ। ਠੰਡ ਦਾ ਵਾਹਵਾ ਹੈਗੀ ਪਰ ਧੁੱਪ ਚੰਗੀ ਲੱਗਦੀ ਹੈ। ਹੁਣ ਕਹਿੰਦੇ ਮੈਂ ਸੁਣਿਆ ਵੀ ਹੁਣੇ ਧੁੱਪ ਨਿਕਲਣ ਲੱਗੀ ਹੈ ਜਦੋਂ ਦੇ ਅਸੀਂ ਆਏ ਹਾਂ 1-2 ਦਿਨਾਂ ਦੇ, ਪਹਿਲਾਂ ਤਾਂ ਕਹਿੰਦੇ ਵੈਸੇ ਬਹੁਤ ਧੁੰਦ ਪੈ ਰਹੀ ਸੀ, ਕਹਿੰਦੇ ਹਾਂ ਸ਼੍ਰੀਲੰਕਾ ਤੋਂ ਆਇਓ ਨਾਲ ਹੀ ਗਰਮੀ ਚੱਕ ਲਏ। ਲਓ ਵੀ ਫਾਈਨਲੀ ਪਹੁੰਚ ਗਏ ਬਰਨਾਲੇ, ਤੇ ਆ ਗਿਆ ਜੀ ਆਪਣਾ ਪੈਲਸ ਮੈਰੀਲੈਂਡ ਰਿਜ਼ੋਰਟ ਬਰਨਾਲਾ। ਲਓ ਜੀ ਅੱਜ ਦਿਖਾਉਂਦੇ ਹਾਂ ਤੁਹਾਨੂੰ ਸਾਡਾ ਫੰਕਸ਼ਨ ਫਿਰ। ਤੇ ਇੱਕ ਗੱਲ ਹੋਰ, ਮੈਨੂੰ ਤਾਂ ਐਂ ਸੀ ਬਈ ਖੁਸ਼ੀ ਵੀ ਕੋਟ ਲਾ ਕੇ ਜਾਊ ਪਰ ਕੋਟ ਪਾ ਕੇ ਆ ਗਈ। ਇਹ ਆ ਗਏ ਜੀ ਸਾਡੇ ਭੈਣ ਜੀ, ਇਹ
ਭੈਣ ਜੀ ਹਿੰਦੀ ਵਾਲੇ ਹੁੰਦੇ ਨੇ ਕੁਲਦੀਪ ਕੌਰ ਬਰਾੜ ਜੀ ਸੋਹਣੇ ਲੱਗ ਰਹੇ ਹੋ ਵੈਸੇ ਮੈਂ ਤੁਹਾਨੂੰ ਇਹ ਆਪਣੇ ਚਾਚਾ ਜੀ ਦੀ ਕੁੜੀ ਹੈ ਤੇ ਕੈਨੇਡਾ ਰਹਿੰਦੇ ਆ ਨਾ ਮੈਨੂੰ ਐ ਸੀਗਾ ਵੀ ਖੁਸ਼ੀ ਕੋਟ ਲਾ ਕੇ ਨੀ ਆਊਗੀ ਖੁਸ਼ੀ ਕੋਟ ਪਾਈ ਫਿਰਦੀ ਹੈ ਪਗੜ ਚ ਘੱਟ ਵੱਧ ਹੀ ਆਉਂਦੇ ਅੱਜ ਆ ਹੀ ਗਏ ਲਓ ਜੀ ਦਿਖਾਈਏ ਤੁਹਾਨੂੰ ਫਿਰ ਅੰਦਰੋਂ ਅੱਜ ਦਾ ਸਾਡਾ ਲੋਹੜੀ ਦਾ ਪ੍ਰੋਗਰਾਮ ਤੇ ਇਹ ਹੈ ਬਈ ਆਪਣਾ ਪੈਲਸ ਤੁਹਾਨੂੰ ਬੰਦਿਆਂ ਨਾਲ ਵੀ ਮਿਲਾਉਂਦੇ ਹਾਂ ਜਿਹਦੇ ਕੋਲੋਂ ਆ ਕੇ ਤੁਸੀਂ ਇੱਥੇ ਡਿਸਕਾਊਂਟ ਲੈ ਸਕਦੇ ਹੋ ਇੱਥੇ ਆ ਕੇ ਡਿਸਕਾਊਂਟ ਲੈ ਲਿਓ ਸਾਡਾ ਨਾਮ ਲੈ ਕੇ ਠੀਕ ਹੈ ਅਤੇ ਬਾਕੀ ਸਾਡੇ ਵਿਆਹ ਇੱਥੇ ਹੀ ਹੋਇਆ ਸੀਗਾ ਅਤੇ ਕਈ ਕਹਿੰਦੇ ਹੁੰਦੇ ਨਾ ਤੁਹਾਡੇ ਵਿਆਹ ਵਾਲੇ ਵਲੋਗ ਅਪਲੋਡ ਕਰ ਦਿਓ ਯਾਰ ਅਤੇ ਸਾਡਾ ਟਾਈਮ ਹੀ ਨਹੀਂ ਲੱਗਦਾ ਯਾਰ ਅਸੀਂ ਅਸਲ 'ਚ ਉਦੋਂ ਬਣਾਏ ਵੀ ਨਹੀਂ ਅਤੇ ਸਟੂਡੀਓ ਵਾਲਾ ਉਹ ਥੋੜ੍ਹਾ ਜਿਹਾ ਲੈ ਕੇ ਨਾ ਅਤੇ ਉਹ ਦਿਖਾਉਣੇ ਪੈਣੇ ਫਿਰ ਤੁਹਾਨੂੰ ਉਹ ਅਪਲੋਡ ਕਰ ਦਾਂਗੇ ਅੱਜ ਵੈਸੇ ਤੁਹਾਨੂੰ ਨਾ ਪਛਾਣ ਚ ਘੱਟ ਹੀ ਆਊਗਾ ਤੇ ਵੀ ਇਹ ਵਿਆਹ ਦਾ ਪ੍ਰੋਗਰਾਮ ਹੈ ਲੋਹੜੀ ਦਾ ਫੰਕਸ਼ਨ ਹੈਗਾ ਤੇ ਇਹ ਕਿਉਂਕਿ ਵਿਆਹ ਦਾ ਭੁਲੇਖਾ ਹੀ ਪੈਂਦਾ ਇੱਥੇ ਤੇ ਨੇ ਜੀ ਸਾਡੇ ਇੱਥੇ ਪੈਲਸ ਦੇ ਲਾਣੇਦਾਰ ਇਹ ਚਾਚਾ ਜੀ ਇਹਨਾਂ ਨੂੰ ਫੜ ਲਿਓ ਆ ਕੇ ਜੋ ਡਿਸਕਾਊਂਟ ਲੈਣਾ ਹੋਊਗਾ ਪੈਲਸ ਠੀਕ ਹੈ ਕਿ ਨਹੀਂ ਇਹ ਤੁਹਾਨੂੰ ਇੱਥੇ ਹੀ ਦੇਖਣਾ ਸਾਰੀ ਮੈਨੇਜਮੈਂਟ ਇਹ ਸਮਝਦੇ ਆ ਦੇ ਦੋਗੇ ਡਿਸਕਾਊਂਟ ਬਾਈ ਜੀ ਤੁਸੀਂ ਕੀ ਪਿਲਾ ਰਹੇ ਹੋ ਮਸਾਲਾ ਚਾਹ ਕੁੱਲੜ ਵਾਲੀ ਚਾਹ ਹੈ ਨਾ ਮੈਂ ਨਹੀਂ ਪੀਣੀ ਭਰਾ ਮੈਂ ਨਹੀਂ ਪੀਣੀ ਨਾ ਨਾ ਪੀਣੀ ਨਹੀਂ ਪੀਣੀ ਨਹੀਂ ਮੈਂ ਤਾਂ ਦੇਖਣੀ ਹੈ ਆਹ ਖੁਸ਼ੀ ਪੀ ਲੂਗੀ ਠੰਡ ਹੈਗੀ ਥੈਂਕ ਯੂ ਕਿੱਥੋਂ ਆਏ ਬਾਈ ਰਾਜਸਥਾਨ ਤੋਂ ਪੁਸ਼ਕਰ ਤੋਂ ਠੀਕ ਹੈ ਲੈ ਖੁਸ਼ੀ ਚਾਹ ਪੀ ਲਾ ਖੁਸ਼ੀ ਖੁਸ਼ੀ ਟਾਈਮ ਹੋਇਆ ਜੀ ਸ਼ਾਮ ਦੇ 6 ਵੱਜ ਗਏ ਅਤੇ ਦੋਸਤ ਮਿੱਤਰ ਰਿਸ਼ਤੇਦਾਰ ਹੌਲੀ ਹੌਲੀ ਪਹੁੰਚਣੇ ਸ਼ੁਰੂ ਹੋ ਗਏ ਪਹਿਲਾ ਫੰਕਸ਼ਨ ਹੈ ਘਰ ਦਾ ਫੰਕਸ਼ਨ ਜੀ ਇਸ ਕਰਕੇ ਅਸੀਂ ਜਲਦੀ ਆ ਗਏ ਇਹ ਆ ਗਿਆ ਜੀ ਸਾਡਾ ਵੀਰਾ ਸੁਖਵਿੰਦਰ ਅਤੇ ਦੂਜਾ ਡਿਸਕਾਊਂਟ ਕੂਪਨ ਇਹ ਚਾਚੇ ਤੋਂ ਬਾਅਦ ਜਿਹੜੇ ਡਿਸਕਾਊਂਟ ਲੈਣਾ ਇਹ ਮੈਨੇਜਮੈਂਟ ਸਾਰੀ ਇਹਨਾਂ ਹੱਥ ਹੁੰਦੀ ਹੈ ਠੀਕ ਹੈ ਖੁਸ਼ੀ ਇਹਨਾਂ ਕੋਲ ਆ ਕੇ ਫੜ ਸਕਦੇ ਹੋ ਤੁਸੀਂ ਤੁਸੀਂ ਐ ਪੁੱਛਣਾ ਵੀ ਪੱਕੇ ਹਾਂ ਵੀ ਕਿਹੜਾ ਵਲੌਗ ਦੇਖਿਆ ਪੱਕੇ ਸਬਸਕ੍ਰਾਈਬਰ ਹੋ ਕੱਚੇ ਹੋ ਉਹ ਹਿਸਾਬ ਨਾਲ ਸਾਡੇ ਘਰ ਦੇ ਪੈਲਸ ਦੀ ਬਹੁਤ ਮਸ਼ਹੂਰੀ ਕਰਨੀ ਹੈ ਰੱਜ ਕੇ ਕਰਨੀ ਹੈ ਵੀ ਬੰਦੇ ਇੱਥੇ ਹੀ ਆਉਣ ਵਿਆਹ ਹੋਰ ਕਿਤੇ ਜਾਣੇ ਸਹੀ ਗੱਲ ਜਿੱਥੋਂ ਜਿੱਥੋਂ ਦੇਖਦੇ ਆ ਐਨ ਆਰ ਆਈ ਵਾਲੇ ਵਲੌਗ ਦੇਖਦੇ ਆ ਸੋਹਣਾ ਬਹੁਤ ਹੈ ਸੋਹਣਾ ਤਾਂ ਤੁਹਾਨੂੰ ਕਿੰਨਾ ਕੁ ਲੱਗਦਾ ਤੁਸੀਂ ਆਪ ਹੀ ਦੇਖ ਲਓ ਕਿਉਂ ਦੇਖੋ ਕਿਵੇਂ ਲੱਗ ਰਿਹਾ ਰੰਗ ਤੇ ਜੇ ਕਿਸੇ ਨੇ ਬੁਕਿੰਗਸ ਕਰਨੀਆਂ ਹੋਣਗੀਆਂ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਮੈਂਸ਼ਨ ਕਰ ਦੂੰਗਾ ਤੇ ਉੱਥੋਂ ਤੁਸੀਂ ਕਾਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਤੇ ਸਾਡਾ ਨੰਬਰ ਨਾ ਇਹਨਾਂ ਤੋਂ ਮੰਗਿਓ ਤੇ ਬਸ ਤੁਸੀਂ ਇਹਨਾਂ ਜੇ ਕਿਸੇ ਨੇ ਐਨ ਆਰ ਆਈ ਖਾਸ ਕਰਕੇ ਕਿਉਂਕਿ ਬਾਅਦ ਚੋਂ ਮੈਸੇਜ ਆਉਂਦੇ ਹੁੰਦੇ ਨੇ ਜੇ ਬੁਕਿੰਗਸ ਕਰਨੀਆਂ ਹੋਣਗੀਆਂ ਤਾਂ ਤੁਸੀਂ ਉਸ ਨੰਬਰ 'ਤੇ ਤੁਹਾਨੂੰ ਵਧੀਆ ਇੱਥੇ ਫੈਸਿਲਿਟੀ ਮਿਲੂਗੀ ਅਤੇ ਵਧੀਆ ਤੁਹਾਡਾ ਫੰਕਸ਼ਨ ਹੋਊਗਾ ਕਿਸੇ ਕਿਸਮ ਦਾ ਕੋਈ ਲਾਂਭਾ ਨਹੀਂ ਆਊਗਾ ਇਹ ਗੱਲ ਦੀ ਸਾਡੀ ਗਰੰਟੀ ਹੈ ਪੱਕੀ ਕਰਾ ਲੈਣੇ ਫਿਰ ਅਸੀਂ ਪੱਕੀ ਚਲੋ ਵੀ ਚੰਗਾ ਜੀ ਮਿਲਦੇ ਆ ਲੈ ਵੀ ਅੰਦਰਲੇ ਪਾਸੇ ਚੱਲੀਏ ਤੁਹਾਨੂੰ ਅੰਦਰੋਂ ਵੀ ਦਿਖਾ ਦਈਏ ਕੋਈ ਕਸਰ ਨਹੀਂ ਰਹਿਣ ਦੇਣੀ ਅੱਜ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਕਿਵੇਂ ਹੋ ਫੁੱਲ ਪ੍ਰਮੋਸ਼ਨ ਕਰ ਦੇਣੀ ਅੱਜ ਸਾਡੇ ਵਿਆਹ ਵਾਲੀ ਫੋਟੋ ਨਾ ਇੱਥੇ ਖਿੱਚੀ ਹੋਈ ਹੈ ਆਹ ਝੂਮਰ ਦੇ ਥੱਲੇ ਹੈ ਨਾ ਖੁਸ਼ੀ ਇੱਕ ਉੱਧਰ ਖਿੱਚੀ ਹੋਈ ਹੈ ਇੱਕ ਉੱਥੇ ਸਾਡੇ ਵਿਆਹ ਵਾਲੀ ਫੋਟੋ ਖਿੱਚੀ ਹੋਈ ਹੈ ਰੰਗ ਵੀ ਹਾਂ ਲਹਿੰਗੇ ਵਾਲਾ ਰਾਸ਼ਟਰੀ ਪਾਇਆ ਹੈ ਨਾ ਅੰਦਰ ਅੱਜ ਸਾਰਾ ਖਾਲੀ ਛੱਡਿਆ ਹੋਇਆ ਕਿਉਂਕਿ ਜਿੰਨਾ ਫੰਕਸ਼ਨ ਆ ਬਾਹਰ ਹੈ ਅਤੇ ਬਾਕੀ ਸਰਤਾਜ ਸਾਹਿਬ ਆ ਰਹੇ ਆ ਥੋੜ੍ਹੇ ਟਾਈਮ 'ਚ ਸਰਤਾਜ ਸਾਹਿਬ ਨੇ ਲੱਗ ਜਾਣਾ 7 ਵਜੇ ਅਤੇ ਅੱਧਾ ਘੰਟਾ ਰਹਿ ਗਿਆ ਅੱਧੇ ਘੰਟੇ ਬਾਅਦ ਫਿਰ ਖੜਾ ਆਪਣਾ ਲਾਈਵ ਸ਼ੋਅ ਸ਼ੁਰੂ ਹੋ ਜੂਗਾ ਫਿਰ ਰੌਣਕ ਮੇਲਾ ਬਾਕੀ ਤੁਹਾਨੂੰ ਨਾਲ ਨਾਲ ਦਿਖਾਉਂਦੇ ਰਹਾਂਗੇ ਜਿਵੇਂ ਖੁਸ਼ੀ ਦੇ ਕੱਪੜੇ ਸਾਰੇ ਜਣੇ ਪੁੱਛਦੇ ਸੀ ਨਾ ਵੀ ਖੁਸ਼ੀ ਨੇ ਸੂਟ ਕਿੱਥੋਂ ਸਮਾਇਆ ਇੱਥੇ ਆ ਕੇ ਸਾਡੇ ਰਿਸ਼ਤੇਦਾਰ ਚਾਚੇ ਤਾਂ ਇਹ ਸਾਰੇ ਪੁੱਛੀ ਜਾਂਦੇ ਹਨ ਅਤੇ ਜਿਵੇਂ ਮੇਰੇ ਵਾਲਾ ਕਈਆਂ ਨੂੰ ਪਸੰਦ ਆ ਜੇ ਵਲੌਗ 'ਚ ਤੁਹਾਨੂੰ ਵੀ ਤਾਂ ਜਿਹੜੀ ਮਰਜ਼ੀ ਦੁਕਾਨ 'ਤੇ ਵਗ ਜਾਓ ਕਾਲਾ ਕੱਪੜਾ ਪੜਵਾ ਲਿਓ ਅਤੇ ਜਿਹੜੇ ਮਰਜ਼ੀ ਦਰਜੀ ਕੋਲ ਵਗ ਜਾਓ ਉਹਨੂੰ ਕਹਿੰਦੇ ਸਿਉਂਦੇ ਬਈ ਕਾਲਾ ਕੱਪੜਾ ਪੜਵਾ ਲੈਣਗੇ ਬਲੈਕ ਸੂਟ ਜਿੱਥੇ ਪਰ ਡਿਜ਼ਾਈਨ ਕਿੱਥੋਂ ਲੈ ਕੇ ਆਉਣਗੇ
ਡਿਜ਼ਾਈਨ ਤਾਂ ਉਹ ਖੁਸ਼ੀ ਦੇ ਸਕਦੀ ਹੈ। ਲਾ ਹੁਣ ਤੁਸੀਂ ਦੇਖ ਹੀ ਲਿਆ ਡਿਜ਼ਾਈਨ। ਮੈਨੂੰ ਨਾ ਜਿਵੇਂ ਪਹਿਲੀ ਪਤਾ ਸੀਗਾ ਵੀ ਥੋੜਾ ਟਾਈਮ ਹੀ ਜਿਹੜਾ ਕੋਟ ਪਾ ਕੇ ਰੱਖਿਆ ਜਾਊਗਾ, ਬਾਅਦ ਚੋਂ ਉਤਾਰ ਦਿੱਤਾ ਜਾਊਗਾ, ਕਿਉਂਕਿ ਜਿਹੜਾ ਫਿਰ ਫੈਸ਼ਨ ਜਿਹੜਾ ਸੂਟ ਤੇ ਪੈਸੇ ਲਾਏ ਹੁੰਦੇ ਨਾ ਕੁੜੀਆਂ ਦੇ, ਉਹ ਨਹੀਂ ਦਿਖਦੇ ਹੁੰਦੇ। ਲਓ ਜੀ ਇਹ ਆਪਣੇ ਪਿੰਡ ਦੇ ਆ ਗਏ ਚਾਚੇ ਤਾਏ ਤੇ ਸਾਰੇ ਨਾਲ ਇੱਧਰ ਬਾਪੂ ਜੀ ਆ ਗਏ, ਇਹਨਾਂ ਦੀ ਵੀ ਹਾਜ਼ਰੀ ਲੱਗ ਗਈ ਅੱਜ ਤੇ ਹੁਣ ਕੋਟ ਦੀ ਜ਼ਿੰਮੇਵਾਰੀ ਡੈਡੀ ਕੋਲੇ ਆ ਗਈ, ਠੰਡ ਦੀ ਜ਼ਿੰਮੇਵਾਰੀ ਮੇਰੇ ਕੋਲੇ, ਜੇ ਠੰਡ ਲੱਗੀ ਡਾਕਟਰ ਕੋਲੇ ਮੈਂ ਲੈ ਕੇ ਜਾਣਾ। ਲਓ ਜੀ ਖਾਣ ਪੀਣ ਦਾ ਸੈਕਸ਼ਨ ਆ ਗਿਆ ਤੇ ਆਪਾਂ ਆ ਗਏ ਖਾਣ ਪੀਣ ਵਾਲੇ ਸਟੋਰ ਤੇ, ਹੁਣ ਦੇਖਦੇ ਆ ਆਹ ਤਾਂ ਨਿਆਣੇ ਵਾਲਾ ਹੈਗਾ। ਹਾਂਜੀ ਇੱਕ ਹੋਰ ਲਾ ਦੋ, ਵਿਆਹਾਂ ਚ ਡੋਸੇ ਖਾਣੇ ਤੇ ਡੋਸਾ ਹੀ ਹੈ ਕੀ ਹੈ ਚੀਲਾ, ਡੋਸਾ ਨਹੀਂ ਮੈਂ ਲੱਗਦਾ ਡੋਸੇ ਵਰਗਾ ਹੈ ਨਿੱਕਾ ਹੈਗਾ ਥੋੜਾ ਜਿਹਾ। ਤੇ ਇੱਧਰ ਆ ਗਏ ਜੀ ਸਾਡੇ ਭਾਬੀ ਜਾਨ, ਸਾਡੇ ਵਲੌਗ 'ਚ ਤੁਹਾਡਾ ਵੀ ਸਵਾਗਤ ਹੈ ਜੀ। ਅੱਜ ਬਹੁਤ ਸਾਰੀ ਫੈਮਿਲੀ ਨੂੰ ਮੈਂ ਇੰਟਰੋਡਿਊਸ ਕਰਾਉਣਾ, ਇਹ ਸਾਡਾ ਨਿੱਕਾ ਜਿਹਾ ਕਾਕਾ, ਇਹਦੀ ਅਸੀਂ ਲੋਹੜੀ ਮਨਾ ਕੇ ਹਟਿਆ ਹੁਣੇ, ਕਿਵੇਂ ਆ? ਹੈਲੋ, ਵੱਡਾ ਵੱਡਾ ਹੋ ਕੇ ਦੇਖਿਆ ਕਰੇਗਾ ਚਾਚੇ ਦੇ ਵਲੌਗ 'ਚ। ਨਹੀਂ ਸਾਡੀ ਭੈਣ ਗਗਨਦੀਪ ਕੌਰ, ਤੁਹਾਡਾ ਸਵਾਗਤ ਹੈ ਜੀ ਸਾਡੇ ਵਲੌਗ 'ਚ। ਅੱਜ ਸਾਰੀ ਫੈਮਿਲੀ ਦਾ ਸਵਾਗਤ ਕਰ ਰਹੇ ਮੈਂ, ਇਹ ਨਿਆਣਿਆਂ ਦੀਆਂ ਮਾਸੀਆਂ। ਨਹੀਂ ਸਾਡੇ ਤਾਂ ਭੂਆ ਲੋਹੜੀ ਵਾਲੇ ਜਵਾਕਾਂ ਦੀ ਮਾਸੀ। ਕਰਨ ਸਿੰਘ ਚਹਿਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਤੁਹਾਡਾ ਵੀ ਸਾਡੇ ਵਲੌਗ 'ਚ, ਅੱਜ ਸਾਡੇ ਵੱਲੋਂ ਤੁਹਾਡਾ ਵੀ ਸਵਾਗਤ ਹੈ। ਨਾ ਨਾ ਮੈਂ ਆਪਣੇ ਵਲੌਗ 'ਚ ਸਵਾਗਤ ਕਰ ਰਿਹਾ। ਇੱਧਰ ਮੇਰੇ ਭਾਬੀ ਜੀ ਨੇ ਪਲੇਟ ਇੱਧਰ ਹੁਣੇ ਰੱਖ ਦਿੱਤੀ, ਕਹਿੰਦੇ ਫਿਰ ਕਹਿਣਗੇ ਵੀ ਭਾਬੀ ਖਾਂਦੇ ਰਹਿੰਦੇ ਆ, ਬਹੁਤ ਖਾਂਦੇ ਆ। ਮੈਂ ਸੱਚ ਗੱਲ ਦੱਸਦੀ, ਝੂਠਦਾ ਨਹੀਂ ਹੈਗਾ। ਇਹ ਦੋ ਸ਼ਰਾਰਤੀ ਜੇ ਬੱਚੇ ਸਾਨੂੰ ਅੱਜ ਵੈਸੇ ਤਾਂ ਲੱਭਦੇ ਨਹੀਂ, ਇਹ ਹੈ ਬਾਈ ਗੁਰਫਤਿਹ ਅਤੇ ਉੱਧਰ ਗੁਰਸਾਂਝ, ਇਹ ਦੋ ਨਿਆਣਿਆਂ ਦੀ ਲੋਹੜੀ ਹੈ ਜੀ, ਇਹ ਤੁਹਾਨੂੰ ਦਿਖਾ ਦੇ ਜੀ। ਸਭ ਤੋਂ ਵੱਡੇ ਪ੍ਰਾਹੁਣੇ ਨਾਲ ਨਾਲ ਮਾਸੜ ਜੀ, ਅੱਜ ਦੇ ਨਿਆਣਿਆਂ ਦੇ ਮਾਸੜ ਜੀ ਈਸ਼ਵਰਮੀਤ ਸਿੰਘ ਬਾਈ, ਕਿਵੇਂ ਹੋ? ਠੀਕ ਠਾਕ ਹੋ? ਥੈਂਕ ਯੂ ਥੈਂਕ ਯੂ, ਮਿਹਰਬਾਨੀ, ਬਹੁਤ ਵਧੀਆ ਚੜ੍ਹਦੀ ਕਲਾ ਜੀ, ਸਵਾਗਤ ਹੈ ਤੁਹਾਡਾ ਵੀ ਅੱਜ। ਨਾ ਨਾ ਇਹਨਾਂ ਨੂੰ ਵੀ ਫੜ ਸਕਦੇ ਹੋ, ਇਹ ਸਾਡਾ ਘਰ ਦਾ ਪੈਲਸ ਹੈ, ਇਹਨਾਂ ਨੂੰ ਵੀ ਫੜ ਸਕਦੇ ਹੋ ਤੁਸੀਂ ਜੇ ਡਿਸਕਾਊਂਟ ਲੈਣਾ ਹੋਵੇ। ਸਹੀ ਹੈ ਨਾ ਗੁਰਸ਼ਰ? ਠੀਕ ਹੈ, ਉਹ ਨੰਬਰ ਵੀ ਪਾ ਦਿਓ ਨਾ ਉੱਪਰ, ਤੁਸੀਂ ਕੰਟੈਕਟ ਕਰ ਸਕਦੇ ਹੋ। ਹਾਂ ਠੀਕ ਹੈ ਠੀਕ ਹੈ, ਸੰਪਰਕ ਕਰੋ ਸੰਪਰਕ ਕਰੋ। ਹਾਂ ਠੀਕ ਹੈ। ਲਓ ਜੀ ਸਰਦਾਰ ਸਾਹਿਬ ਦੀ ਐਂਟਰੀ ਹੋ ਗਈ ਤੇ ਹੁਣ ਨਾਲ ਨਾਲ ਤੁਹਾਨੂੰ ਸਰਦਾਰ ਸਾਹਿਬ ਦਾ ਲਾਈਵ ਸ਼ੋਅ ਦੇਖਣ ਨੂੰ ਮਿਲੂਗਾ, ਨਾਲ ਨਾਲ ਆਪਣਾ ਵਲੌਗ ਚੱਲੂਗਾ। ਸਰਤਾਜ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਫਿਰ ਹੋਰ ਸਿੰਗਰਾਂ ਨੇ ਵੀ ਆਉਣਾ ਗਾ ਪੰਜਾਬ ਦੇ ਨੇ, ਜਿਵੇਂ ਤੁਹਾਨੂੰ ਦੱਸਿਆ ਸੀਗਾ ਨਾ ਕਾਫੀ ਸਾਰੇ ਸਿੰਗਰਾਂ ਨੇ ਗਾਉਣਾ ਗਾ, ਤੇ ਗੁਰਦਾਸ ਮਾਨ ਸਾਹਿਬ ਨੇ ਕੱਲ ਨੂੰ ਆਉਣਾ ਗਾ ਤੇ ਹੋਰ ਵੀ ਸਿੰਗਰ ਆਉਣਗੇ। ਹੋ ਸਕਦਾ ਤਾਂ ਵਲੌਗ 2 ਕਰਦੀ ਆਪਾਂ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਉਣਾ। ਗੁਰਫਤਿਹ ਅਤੇ ਗੁਰਸਾਂਝ ਦੇ ਲਈ ਅਸੀਂ ਇਸ ਵੇਲੇ ਇਕੱਠੇ ਹੋਏ ਹਾਂ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਜਿਹੜੇ ਵੀ ਦੂਰੋਂ ਨੇੜੇ ਚੱਲ ਕੇ ਦੋਸਤ ਮਿੱਤਰ ਆਏ ਨੇ, ਖਾਸ ਤੌਰ 'ਤੇ ਕੈਨੇਡਾ ਤੋਂ ਸਾਰਾ ਪਰਿਵਾਰ, ਸਰਦਾਰ ਸੁਖਚੈਨ ਸਿੰਘ ਬਰਾੜ ਹੋਣਾ ਦਾ, ਉਹਨਾਂ ਦੇ ਸਾਹਿਬਜ਼ਾਦੇ ਹਰਮਨ ਬਰਾੜ ਐਂਡ ਸੁਖਦੀਪ, ਕੁਲਦੀਪ, ਮਾਤਾ ਜੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਵਧਾਈਆਂ ਪੁੱਤ ਤੈਨੂੰ ਵੀ, ਸੱਚ ਕੁਲਦੀਪ ਭੈਣ ਨੂੰ ਪਹਿਲਾਂ ਵਧਾਈਆਂ ਦਿੰਦੇ, ਮੈਂ ਵਧਾਈਆਂ ਦਾ ਉਹਨੂੰ ਸਰਦਾਰ ਸਾਹਿਬ ਦੇ ਕਹਿਣ ਤੇ ਮੈਂ ਵੀ ਵਧਾਈਆਂ ਦੇ ਦਿੰਦਾ। ਇਹ ਸਾਡੇ ਚੰਨੀ ਭੈਣ ਨੇ, ਇਹ ਵੀ ਕੈਨੇਡਾ ਰਹਿੰਦੇ ਆ। ਮਾਸੀ 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 ਭੂਆ ਜੀ ਅੱਛਾ ਇਹ ਭੈਣ ਆ ਗਈ, ਠੀਕ ਹੈ। ਹਾਏ ਜਾਨ ਹੀ ਕੱਢ ਲਈ, ਵਾਹ ਕੋਈ ਵਾਲੀ ਆਖੇ ਇਹ ਆ ਗਏ ਆਪਣੇ ਮਾਸੀ ਜੀ ਤੇ ਇੱਧਰ ਭੈਣ
ਅਮਨਦੀਪ ਕੌਰ ਇਹਨਾਂ ਨੂੰ ਬੜੇ ਟਾਈਮ ਬਾਅਦ ਮਿਲੇ ਅਸੀਂ ਅਸੀਂ ਟੂਰਾਂ ਦੇ ਵੱਧ ਰਹਿੰਦੇ ਨਾ ਤਾਂ ਘੱਟ ਮਿਲਦੇ ਉੱਧਰ ਸਾਡੇ ਵੱਡੇ ਭਾਬੀ ਸੰਗਦੇ ਬਹੁਤ ਮੈਂ ਸਾਰਿਆਂ ਨੂੰ ਸੰਗਣ ਹਟਾ ਦੇਣਾ ਇੱਧਰ ਆਪਣੇ ਮਾਸੀ ਜੀ ਆ ਗਏ ਇੱਧਰ ਫਿਰ ਭਾਬੀ ਸਤਿ ਸ਼੍ਰੀ ਅਕਾਲ ਅਤੇ ਇਹ ਸਾਰਾ ਪਿੰਡ ਦਾ ਆਪਣੇ ਆਂਢ ਗੁਆਂਢ ਦਾ ਚਾਚੇ ਤਾਏ ਦਾ ਪਰਿਵਾਰ ਹੈ बहुत सारे कलाकार दे लाइव शो देखे है पर सरदार साहब सच्ची कमाल ने यार मैं जिंदगी च दूसरी बार अज लाइव शो देख रहा सरदार साहब का उदन भी कमाल सी ते अज भी कमाल लो जी अपने न्याण की एंट्री शुरू हो गई हूँ ते आओ उन्होंने स्वागत करिए आप पत्तियां बलोरी वंगा मेरिया मेरा ती पत्तियां बलोरी
ਪਤਾ ਨਹੀਂ ਹੀਰ ਕੋਈ ਬਣਾਈ ਮੁੰਡਿਆ ਸੱਚੋ ਸੱਚੀ ਦੱਸੀ ਰਹਿੰਦਿਆ ਉੱਥੇ ਤਾਂ ਨਹੀਂ ਹੀਰ ਕੋਈ ਬਣਾਈ ਨਾ ਨਾ ਬਣੇ ਆਪਣੀ ਕੋਈ ਆ शीशा मैं निहार दी वैसे तो ना सरताज साहब का हर एक गाना ही पर आ गाना का खास करके मैं ऐ लगता हरेक कपल नू ऐ लगता हूं भी ये साडे ते गाया हुआ है जिवें भैण होरी नच रहे हैं तो सानू भी ऐ लगता हूं भी ये साडे ते गाया हुआ है दिली तमन्ना पूरी होने जा रही है ते असी जा रहे हैं सरताज साहब नूं मिलन ते जिहड़ा कि बहुत लंबे टाइम दी साडी इच्छा सी। देखो यार किन्नी चढ़ाई है सरताज साहब दी, दुनिया फैन है एक झलक दी ते हुणे जा रहे वापस पर अपना प्रोग्राम अगे कंटिन्यू रहूगा। साडे मीत हेयर भाई भाई जी किथे बैठे मीत हेयर साहब एक वारी जोर दर ताली उन्होंने भाई मीत हेयर साहब मेरे आए ने ते जी आए आखदा भाई जी होरां नूं जिन्ने भी कदम इत्थे चल के आए ने एक एक कदम ओह पिटी है पलकां ते परवान ते कलाकारां वी दुनिया तों सारे भरा पहुंचे ने क्योंकि प्यार बड़ा कमाया सुख ने कलाकार बड़े भरा कमाए ने दोस्तों करो एरिया
ਵਰਗੀ ਕੁੜਤੇ ਕੀ ਸਾ ਕੁੱਟਣ ਵਾਲੇ ਨੀ ਜਦ ਵੀ ਬੋਲੇ ਜਨਤਾ ਬੋਲੂ ਸਾਨੂੰ ਤੁਸੀਂ ਆਉਣਾ ਨੀ ਕਿਸੇ